ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ। ਅਤੇ ਅੱਜ ਦੀ ਵੀਡੀਓ ਦੇ ਵਿੱਚ ਬਾਥਰੂਮ ਆਊਟ ਸਾਈਡ ਦੀਵਾਰ ਦਾ ਪਲਸਤਰ ਲੈ ਕੇ ਆਇਆ। ਬਹੁਤ ਹੀ ਵਧੀਆ ਵੀਡੀਓ ਜਿਹੜੀ ਆ ਉਹ ਬਣਾਈ ਗਈ ਆ, ਅਤੇ ਬਹੁਤ ਹੀ ਵਧੀਆ ਪ੍ਰੋਸੈਸ ਜਿਹੜਾ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਜੀ, ਕਿਵੇਂ ਜਿਹੜੀ ਇੱਕ ਆਊਟ ਸਾਈਡ ਦੀਵਾਰ ਵਾ ਪਲਸਤਰ ਕੀਤੀ ਜਾਂਦੀ ਆ। ਸੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ, ਬਾਥਰੂਮ ਦੀ ਆਊਟ ਸਾਈਡ ਜਿਹੜੀ ਦੀਵਾਰ ਵਾ ਬੈਕ ਸਾਈਡ, ਸੋ ਉਸ ਨੂੰ ਪਲਸਤਰ ਕੀਤਾ ਜਾ ਰਿਹਾ। ਸੋ ਵਰਕਰ ਜਿਹੜਾ ਮਸਾਲਾ ਛਾਪ ਰਹੇ ਨੇ, ਸੋ ਬਗੈਰ ਨੇੜੂ ਤੋਂ ਸੀ, ਠੀਕ ਆ ਜੀ। ਸੋ ਤਰਾਈ ਜਿਹੜੀ ਆ ਉਹ ਪ੍ਰੋਪਰ ਕਰ ਲਈ ਗਈ ਆ ਪਹਿਲਾਂ, ਸੋ ਪਾਣੀ ਮਾਰ ਕੇ ਸਾਰਾ ਇਸ ਦੀ ਜਿਹੜੀ ਤਰਾਈ ਆ ਉਹ ਪ੍ਰੋਪਰ ਕਰ ਲਈ ਗਈ। ਅਤੇ ਤਰਾਈ ਕਰਨ ਤੋਂ ਬਾਅਦ ਆ ਮਸਾਲਾ ਜਿਹੜਾ ਲਗਾਉਣਾ ਸ਼ੁਰੂ ਕਰਤਾ ਬਗੈਰ ਨੇੜੂ ਤੋਂ ਵਰਕਰਾਂ ਨੇ। ਸੋ ਨੇੜੂ ਨਹੀਂ ਲਗਾਇਆ, ਸੋ ਕੁਝ ਵਰਕਰ ਜਿਹੜੇ ਆ ਉਹ ਨੇੜੂ ਯੂਜ਼ ਕਰਦੇ ਨੇ ਦੀਵਾਰ ਦੇ ਉੱਪਰ, ਪਹਿਲਾਂ ਨੇੜੂ ਲਗਾ ਕੇ ਅਤੇ ਫਿਰ ਉਸ ਦੇ ਉੱਪਰ ਜਿਹੜਾ ਮਸਾਲਾ ਛਾਪਦੇ ਆ। ਸੋ ਬਗੈਰ ਨੇੜੂ ਤੋਂ ਹੀ ਸਾਰਾ ਜਿਹੜਾ ਪਲਸਤਰ ਕਰਨਾ ਇਹਨਾਂ ਨੇ ਸਟਾਰਟ ਕੀਤਾ। ਸੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵਰਕਰਾਂ ਨੇ ਕਿਵੇਂ ਜਿਹੜਾ ਮਸਾਲਾ ਲਗਾ ਰਿਹਾ ਦੀਵਾਰ ਨੂੰ। ਬਹੁਤ ਹੀ ਵਧੀਆ ਵੀਡੀਓ ਬਣਾਈ ਗਈ ਆ। ਸੋ ਮਸਾਲਾ ਜਿਹੜਾ ਬਿਲਕੁਲ ਥੋੜ੍ਹਾ ਨਰਮ ਹੋਣਾ ਚਾਹੀਦਾ ਵਾ, ਠੀਕ ਆ ਜੀ, ਅਤੇ ਨਾ ਹੀ ਬਹੁਤਾ ਜ਼ਿਆਦਾ ਸੁੱਕਾ ਅਤੇ ਨਾ ਹੀ ਬਹੁਤਾ ਜ਼ਿਆਦਾ ਮਤਲਬ ਮੀਡੀਅਮ ਜਿਹਾ ਨਹੀਂ ਹੋਣਾ ਚਾਹੀਦਾ, ਬਿਲਕੁਲ ਨਰਮ ਜਿਹਾ ਮਸਾਲਾ ਇਹ ਦੀਵਾਰ ਨੂੰ ਲੱਗੇਗਾ, ਕਿਉਂਕਿ ਨੇੜੂ ਤੋਂ ਬਗੈਰ ਜਿਹੜਾ ਮਸਾਲਾ ਲਗਾਉਣਾ ਦੀਵਾਰ ਦੇ ਉੱਪਰ ਉਹ ਥੋੜ੍ਹਾ ਨਰਮ ਹੀ ਚਾਹੀਦਾ ਵਾ, ਠੀਕ ਆ ਜੀ। ਸੋ ਇਸ ਪ੍ਰਕਾਰ ਇਹਨਾਂ ਨੇ ਮਸਾਲਾ ਜਿਹੜਾ ਸਾਬ ਲੈਣਾ ਦੀਵਾਰ ਦੇ ਉੱਪਰ, ਫਿਰ ਇਸ ਤੋਂ ਬਗੈਰ ਇਸ ਤੋਂ ਬਾਅਦ ਜਿਹੜੀ ਉਹ ਫੱਟੀ ਜਿਹੜੀ ਚਪਟੀ ਜਿਹੜੀ ਉਹ ਚਪਟੀ ਅਲਮੂਨੀਅਮ ਦੀ ਚਪਟੀ ਹੁੰਦੀ ਆ 5 ਫੁੱਟ ਸਾਈਜ਼ ਜਾਂ 6 ਫੁੱਟ ਸਾਈਜ਼, ਸੋ ਇਹ ਜਿਹੜੀ ਯੂਜ਼ ਕੀਤੀ ਜਾਏਗੀ ਇਸ ਦੇ ਉੱਪਰ। ਸੋ ਇਸ ਦੇ ਨਾਲ ਜਿਹੜਾ ਉਹ ਮਸਾਲਾ ਜਿਹੜਾ ਉਹ ਕੱਟ ਵੱਟ ਕਰਕੇ ਇਸ ਦੇ ਨਾਲ ਸਾਰੀ ਸਫਾਈ ਲਿਆ ਕੇ ਇਸ ਦੇ ਉੱਪਰ, ਅਤੇ ਬਾਅਦ ਦੇ ਵਿੱਚ ਗਰਮਾਲੀ ਯੂਜ਼ ਕੀਤੀ ਜਾਏਗੀ। ਸਾਰੀ ਫਿਨਿਸ਼ਿੰਗ ਜਿਹੜੀ ਆ ਇਸ ਵੀਡੀਓ ਦੇ ਵਿੱਚ ਦਿਖਾਈ ਗਈ ਆ ਜੀ, ਕਿਵੇਂ ਇੱਕ ਪਲਸਤਰ ਜਿਹੜੀ ਆ ਉਹ ਫੁੱਲ ਫਿਨਿਸ਼ਿੰਗ ਆਉਂਦੀ ਆ ਪਲਸਤਰ ਦੇ ਉੱਪਰ। ਬਹੁਤ ਹੀ ਵਧੀਆ ਵੀਡੀਓਜ਼ ਆ। ਸੋ ਦੇਖਦੇ ਰਹੋ ਵੀਡੀਓ ਨੂੰ ਲਾਸਟ ਤੱਕ, ਵਾਚ ਕਰਿਓ, ਚੈਨਲ ਸਬਸਕ੍ਰਾਈਬ ਕਰਿਓ, ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਜੀ। ਆਪਣੀਆਂ ਜਿੰਨੀਆਂ ਵੀਡੀਓ ਜੀ ਕੰਸਟਰਕਸ਼ਨ ਬੇਸ 'ਤੇ ਆਉਂਦੀਆਂ ਨੇ, ਸੋ ਲਾਸਟ ਤੱਕ ਵਾਚ ਕਰਿਓ ਵੀਡੀਓ। ਤਾਂ ਦੋਸਤੋ, ਇੱਕ ਵਾਰੀ ਦੁਬਾਰਾ ਤੋਂ ਫਿਰ ਆਡੀਓ ਜਿਹੜੀ ਆ ਉਹ ਰਿਪੀਟ ਕਰ ਦਿੰਦੇ ਹਾਂ ਜੀ। ਪਹਿਲਾਂ ਦੀਵਾਰ ਨੂੰ ਪਾਣੀ ਲਗਾਇਆ ਗਿਆ, ਠੀਕ ਆ ਜੀ, ਪਾਣੀ ਲਗਾਉਣ ਤੋਂ ਬਾਅਦ ਪ੍ਰੋਪਰ ਜਿਹੜਾ ਵਾ ਇਸ ਦੇ ਉੱਪਰ ਮਸਾਲਾ ਛਾਪਿਆ ਗਿਆ। ਸੋ ਇਸ ਵੀਡੀਓ ਦੇ ਵਿੱਚ ਇਹਨਾਂ ਨੇ ਨੇੜੂ ਨਹੀਂ ਲਗਾਇਆ ਦੀਵਾਰ ਨੂੰ, ਪਰ ਨੇੜੂ ਜੇ ਲਗਾ ਲਿਆ ਜਾਵੇ ਤਾਂ ਮਸਾਲਾ ਜਿਹੜਾ ਉਹ ਦੀਵਾਰ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਸੌਖਾ ਜਿਹੜਾ ਉਹ ਚਿਪਕਦਾ ਜਾਂਦਾ ਵਾ, ਠੀਕ ਆ ਜੀ। ਸੋ ਦੋਸਤੋ, ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਨੇ ਮਸਾਲਾ ਲਗਾਉਣ ਤੋਂ ਬਾਅਦ ਜਿਹੜੀ ਉਹ ਚਪਟੀ ਜਿਹੜੀ ਮਾਰਨੀ ਉਹ ਸ਼ੁਰੂ ਕਰ ਦਿੱਤੀ ਆ, 6 ਫੁੱਟ ਸਾਈਜ਼ ਚਪਟੀ ਆ, ਠੀਕ ਆ ਜੀ। ਸੋ ਇਸ ਪ੍ਰਕਾਰ ਉੱਪਰ ਵਾਲੇ ਪਲਸਤਰ ਦੇ ਨਾਲ ਮੇਲ ਖਾ ਕੇ ਚਪਟੀ ਮਿਲਾਉਂਦੇ ਹੋਏ ਸੋ ਨੀਚੇ ਨੂੰ ਮਾਰਨੀ ਆ। ਇੱਕ ਕਾਗਜ਼ ਜਿੰਨਾ ਵੀ ਨਹੀਂ ਗਾ ਫਰਕ ਜਿਹੜਾ ਉਹ ਰਹਿਣਾ ਚਾਹੀਦਾ, ਠੀਕ ਆ ਜੀ, ਪਲਸਤਰ ਅਤੇ ਚਪਟੀ ਦੇ ਅੰਦਰ, ਠੀਕ ਆ ਜੀ, ਇੱਕ ਕਾਗਜ਼ ਵੀ ਨਹੀਂ ਗਾ ਕਰੋਸ ਹੋਣਾ ਚਾਹੀਦਾ। ਸੋ ਚਪਟੀ ਜਿਹੜੀ ਆ ਇੰਨੇ ਵਧੀਆ ਤਰੀਕੇ ਦੇ ਨਾਲ ਮਾਰਨੀ ਆ, ਮਤਲਬ ਇੱਕ ਕਾਗਜ਼ 'ਤੇ ਜਿੰਨਾ ਵੀ ਫਰਕ ਨਹੀਂ ਹੋਣਾ ਚਾਹੀਦਾ, ਠੀਕ ਹੈ। ਸੋ ਵੀਡੀਓ ਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਚਪਟੀ ਜਿਹੜੀ ਉਹ ਪ੍ਰੋਪਰ ਮਾਰਨੀ ਸ਼ੁਰੂ ਕਰਤੀ ਹੈ ਦੋਨਾਂ ਵਰਕਰਾਂ ਨੇ। ਸੋ ਇਸ ਪ੍ਰਕਾਰ ਇਹ ਚਪਟੀ ਮਾਰਨੀ ਆ, ਅਤੇ ਮਸਾਲਾ ਜਿਹੜਾ ਉੱਪਰੋਂ ਕੱਟਦੇ ਜਾਣਾ ਚਪਟੀ ਦੇ ਨਾਲ, ਜਿਹੜਾ ਵਾਧੂ ਮਸਾਲਾ ਵਾ ਉੱਪਰੋਂ ਕੱਟਦੇ ਜਾਣਾ, ਬਾਕੀ ਜਿਹੜੀਆਂ ਫਿੱਲ ਜਗ੍ਹਾ ਬਚਣਗੀਆਂ, ਥੋੜ੍ਹੀ ਥੋੜ੍ਹੀ ਜਗ੍ਹਾ ਜਿੱਥੇ ਬਚੇਗੀ ਉੱਥੇ ਮਸਾਲਾ ਜਿਹੜਾ ਉਹ ਦੁਬਾਰਾ ਛਾਪਿਆ ਜਾਏਗਾ, ਲਗਾਇਆ ਜਾਏਗਾ। ਫਿਰ ਲਗਾਉਣ ਤੋਂ ਬਾਅਦ ਇੱਕ ਵਾਰੀ ਫਿਰ ਰਿਪੀਟ ਕੀਤੀ ਜਾਏਗੀ ਚਪਟੀ, ਫਿਰ ਉਸ ਦੇ ਉੱਪਰ ਗਰਮਾਲੀ ਮਾਰੀ ਜਾਏਗੀ, ਸਾਰੀ ਫਿਨਿਸ਼ਿੰਗ ਜਿਹੜੀ ਆ ਉਹ ਇਸ ਪ੍ਰਕਾਰ ਜਿਹੜੀ ਪਲਸਤਰ ਦੀ ਆਉਂਦੀ ਆ, ਠੀਕ ਆ ਦੋਸਤੋ। ਬਹੁਤ ਹੀ ਆਸਾਨ ਵਾ ਪਲਸਤਰ ਕਰਨਾ, ਜਿਹੜੇ ਵੀਰ ਨਵੇਂ ਵੀਰ ਆ ਵਰਕ ਸਿੱਖਣਾ ਚਾਹੁੰਦੇ ਨੇ, ਸੋ ਵੀਡੀਓਜ਼ ਦੇਖ ਕੇ ਸਿੱਖ ਸਕਦੇ ਆ ਵਰਕ। ਤਾਂ ਇਸ ਪ੍ਰਕਾਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਚਪਟੀ ਜਿਹੜੀ ਮਾਰਨੀ ਸ਼ੁਰੂ ਕੀਤੀ ਹੋਈ ਆ, ਚਪਟੀ ਦੇ ਨਾਲ ਉੱਪਰੋਂ ਜਿਹੜੀ ਉਹ ਮਸਾਲਾ ਜਿਹੜਾ ਉਹ ਕੱਟ ਕੀਤਾ ਜਾ ਰਿਹਾ, ਠੀਕ ਆ ਜੀ। ਮਸਾਲਾ ਕੱਟ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਗਰਮਾਲੀ ਇੱਕ ਵਰਕ ਜਿਹੜਾ ਯੂਜ਼ ਕਰ ਰਿਹਾ, ਗਰਮਾਲੀ ਮਾਰ ਰਿਹਾ, ਕਰਾਂਡੀ ਦੇ ਨਾਲ ਫਿੱਲ ਜਗ੍ਹਾ ਜਿਹੜੀ ਉਹ ਭਰ ਰਿਹਾ ਸਾਰੀ। ਇਸ ਪ੍ਰਕਾਰ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਰਾਂਡੀ ਦੇ ਨਾਲ ਜਿਹੜੀਆਂ ਫਿੱਲ ਜਗ੍ਹਾ ਵਾ ਜਿੱਥੇ ਜਿੱਥੇ ਮਸਾਲਾ ਜਾਣੀ ਕਿ ਲੱਗਣ ਵਾਲਾ ਵਾ ਉੱਥੇ ਉੱਥੇ ਮਸਾਲਾ ਫਿਰ ਦੁਬਾਰਾ ਤੋਂ ਲਗਾਇਆ ਜਾ ਰਿਹਾ। ਮਸਾਲਾ ਲਗਾਉਣ ਤੋਂ ਬਾਅਦ ਫਿਰ ਇਸ ਦੇ ਉੱਪਰ ਜਿਹੜੀ ਉਹ ਨਾਲ ਹੀ ਗਰਮਾਲੀ ਵੀ ਯੂਜ਼ ਕੀਤੀ ਜਾ ਰਹੀ ਆ,
ਦੁਬਾਰਾ ਤੋਂ ਚਪਟੀ ਵੀ ਮਾਰੀ ਜਾਂਦੀ ਹੈ। ਇੱਕ ਵਾਰੀ ਫਿਲ ਜਗ੍ਹਾ ਭਰ ਕੇ ਦੁਬਾਰਾ ਚਪਟੀ ਮਾਰ ਕੇ ਫਿਰ ਜਿਹੜੀ ਉਹ ਗਰਮਾਲੀ ਯੂਜ਼ ਕੀਤੀ ਜਾਂਦੀ ਹੈ। ਬਾਕੀ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਇਸਤੇਮਾਲ ਕਰ ਰਿਹਾ, ਜਿੱਥੋਂ ਪਲਸਤਰ ਯਾਨੀ ਕਿ ਸੁੱਕਦਾ ਨਾ ਉੱਥੇ ਥੋੜ੍ਹਾ ਪਾਣੀ ਦਾ ਛਿੜਕਾਅ ਜਿਹੜਾ ਉਹ ਕਰ ਲਈਦਾ, ਅਤੇ ਫਿਰ ਇਸ ਦੇ ਉੱਪਰ ਜਿਹੜੀ ਉਹ ਗਰਮਾਲੀ ਯੂਜ਼ ਕੀਤੀ ਜਾਂਦੀ ਹੈ, ਜਿਵੇਂ ਕਿ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਵਾ ਪੂਰਾ ਸੈੱਟ। ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਵੀਡੀਓ ਜਿਹੜੀ ਉਹ ਬਣਾਈ ਗਈ ਆ, ਬਹੁਤ ਹੀ ਵਧੀਆ ਵਰਕ ਕੀਤਾ ਗਿਆ ਇਸ ਵੀਡੀਓ ਦੇ ਵਿੱਚ। ਸੋ ਸਾਰੀ ਜੋ ਦੁਬਾਰਾ ਇਹ ਗੱਲਾਂ ਜਿਹੜੀਆਂ ਰਿਪੀਟ ਕੀਤੀਆਂ ਗਈਆਂ ਆਡੀਓ ਦੇ ਆਡੀਓ 'ਚ, ਸੋ ਤੁਸੀਂ ਦੇਖ ਕੇ ਵੀਡੀਓ ਦੇਖ ਕੇ ਪਲਸਤਰ ਜਿਹੜਾ ਉਹ ਸਿੱਖ ਸਕਦੇ ਹੋ, ਪਲਸਤਰ ਕਰਵਾ ਸਕਦੇ ਹੋ ਆਪਣਾ ਵਧੀਆ। ਅਗਰ ਦੀਵਾਰ ਨੂੰ ਨੇਰੂ ਪ੍ਰੋਪਰ ਲਗਾਇਆ ਜਾਵੇ ਪਲਸਤਰ ਕਰਨ ਤੋਂ ਪਹਿਲਾਂ, ਤਾਂ ਬਹੁਤ ਹੀ ਵਧੀਆ ਪਲਸਤਰ ਹੋਏਗਾ, ਸ਼ਾਨਦਾਰ। ਅਤੇ ਦੇਖ ਸਕਦੇ ਹੋ ਜਿੱਥੇ ਸੁੱਕਾ ਆ ਉੱਥੇ ਫਿਰ ਪਾਣੀ ਦਾ ਛਿੜਕਾਅ ਕਰਕੇ, ਅਤੇ ਮਤਲਬ ਉੱਪਰ ਗਰਮਾਲੀ ਜਿਹੜੀ ਉਹ ਮਾਰੀ ਜਾ ਰਹੀ ਆ। ਇਹ ਦੋਸਤੋ ਬਾਥਰੂਮ ਦੀ ਬੈਕ ਸਾਈਡ ਦੀਵਾਰ ਵਾ, ਠੀਕ ਹੈ ਜੀ। ਸੋ ਉਸ ਨੂੰ ਪਲਸਤਰ ਕੀਤਾ ਜਾ ਰਿਹਾ ਪ੍ਰੋਪਰ। ਸੋ ਦੇਖ ਸਕਦੇ ਹੋ ਕਿਵੇਂ ਜਿਹੜਾ ਉਹ ਪਲਸਤਰ ਕਰਦੇ ਆ ਵਰਕਰ। ਤੁਸੀਂ ਵੀਡੀਓ ਦੇ ਵਿੱਚ ਸਾਰਾ ਪ੍ਰੋਪਰ ਜਿਹੜਾ ਬਹੁਤ ਦੁਬਾਰਾ ਤੋਂ ਅਸੀਂ ਰਿਪੀਟ ਤੁਹਾਨੂੰ ਇਹ ਗੱਲਾਂ ਸਾਰੀਆਂ ਕਰਕੇ ਦੱਸ ਰਹੇ ਹਾਂ ਕਿਵੇਂ ਜਿਹੜਾ ਇੱਕ ਪਲਸਤਰ ਮਤਲਬ ਉਹ ਕੀਤਾ ਜਾਂਦਾ ਵਾ, ਠੀਕ ਹੈ ਜੀ ਦੋਸਤੋ। ਸੋ ਦੇਖ ਸਕਦੇ ਹੋ ਨੀਚੇ ਤੋਂ ਵੀ ਪੂਰਾ ਸੁੱਕਾ ਹੋਇਆ ਵਾ, ਅਤੇ ਇਹਨਾਂ ਨੇ ਫਿਰ ਇਸ ਦੇ ਉੱਪਰ ਪਾਣੀ ਦਾ ਛਿੜਕਾਅ ਜਿਹੜਾ ਉਹ ਕੀਤਾ ਵਾ। ਸੋ ਇਸ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਵਾ ਜੀ ਕਿ ਕਿਵੇਂ ਜੇ ਮਸਾਲਾ ਸੁੱਕ ਜਾਵੇ ਦੀਵਾਰ ਨੂੰ, ਅਤੇ ਉਸ ਦੇ ਉੱਪਰ ਪਾਣੀ ਦਾ ਜਿਹੜਾ ਦੁਬਾਰਾ ਤੋਂ ਛਿੜਕਾਅ ਕਰਕੇ, ਅਤੇ ਮਤਲਬ ਦੀਵਾਰ ਦੀ ਫਿਨਿਸ਼ਿੰਗ ਜਿਹੜੀ ਉਹ ਲੈ ਆਈਦੀ ਹੈ ਪਲਸਤਰ ਦੇ ਵਿੱਚ। ਸੋ ਇਸ ਪ੍ਰਕਾਰ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ, ਪਲਸਤਰ ਦੇ ਵਿੱਚ ਦੀਵਾਰ ਦੀ ਫਿਨਿਸ਼ਿੰਗ ਕਿਵੇਂ ਲਿਆਉਂਦੇ ਆ। ਸੋ ਤਰਾਈ ਜਿਹੜੀ ਆ ਪ੍ਰੋਪਰ ਇਸ ਦੀ ਪੂਰੀ ਹੋਈ ਹੋਵੇ, ਅਤੇ ਪਾਣੀ ਵੈਸੇ ਪਾਣੀ ਦਾ ਛਿੜਕਾਅ ਕਰਨ ਦੀ ਵੀ ਲੋੜ ਨਹੀਂ ਪੈਂਦੀ, ਪਰ ਅਗਰ ਤਰਾਈ ਘੱਟ ਹੋਵੇ ਤਾਂ ਫਿਰ ਪਾਣੀ ਦਾ ਛਿੜਕਾਅ ਜਿਹੜਾ ਉਹ ਥੋੜ੍ਹਾ ਕਰਨਾ ਪੈਂਦਾ ਪਲਸਤਰ ਦੇ ਉੱਪਰ, ਸੁੱਕੇ ਹੋਏ ਪਲਸਤਰ ਨੂੰ ਥੋੜ੍ਹਾ ਗਿੱਲਾ ਕਰਕੇ, ਅਤੇ ਫਿਰ ਉਸਦੀ ਜਿਹੜੀ ਉਹ ਫਿਨਿਸ਼ਿੰਗ ਜਿਹੜੀ ਉਹ ਲਿਆ ਆਈਦੀ ਆ। ਸੋ ਹੁਣ ਇਸ ਦੇ ਉੱਪਰ ਜਿਹੜੀ ਉਹ ਪਿੱਲੋ ਜਿਹੜੀ ਹੁੰਦੀ ਆ ਉਹ ਪਿੱਲੋ ਮਾਰ ਦਿੰਦੇ ਆ, ਜੋੜ ਦੇ ਉੱਪਰ ਵੀ ਪਿੱਲੋ ਅਤੇ ਨੀਚੇ ਨੂੰ ਵੀ ਸਾਰੇ ਪਿੱਲੋ ਮਾਰ ਦੇਣੀ ਆ। ਸੋ ਇਸ ਪ੍ਰਕਾਰ ਇਹ ਦੀਵਾਰ ਜਿਹੜੀ ਪਲਸਤਰ ਹੋ ਕੇ ਰੈਡੀ ਹੋ ਗਈ ਆ। ਗੇਮ ਦੀ ਲੱਗੀ ਵੀਡੀਓ ਚੈਨਲ ਆਪਣਾ ਸਬਸਕ੍ਰਾਈਬ ਕਰਿਓ, ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਗੇਮ ਦੀ ਲੱਗੀ ਵੀਡੀਓ। ਓਕੇ, ਥੈਂਕ ਯੂ ਸੋ ਮਚ।